ਜੀ ਸਤਿਕਾਰਯੋਗ ਕਮਿਸ਼ਨਰ ਸਾਹਿਬ ਸ੍ਰੀ ਰਣਜੀਤ ਸਿੰਘ ਜੀ ਢਿੱਲੋਂ, ਸਾਡੇ ਏ ਡੀ ਸੀ ਪੀ ਸੀ ਟ੍ਰੈਫਿਕ ਸ੍ਰੀ ਹਰਪਾਲ ਸਿੰਘ ਜੀ ਉਹਨਾਂ ਵੱਲੋਂ, ਅਤੇ ਸਾਡੇ ਏ ਡੀ ਜੀ ਪੀ ਸੀ ਏ ਐੱਸ ਰਾਏ ਸਾਹਿਬ ਉਹਨਾਂ ਵੱਲੋਂ ਜਿਹੜੀ ਹੁਕਮ ਹਕਾਮ ਸੀਗੇ ਉਹ ਲੋਕਾਂ ਤੱਕ ਜਿਹੜੇ ਆ ਅਸੀਂ 1/7 ਤੋਂ ਲੈ ਕੇ 31/7/24 ਤੱਕ ਜਿਹੜੀ ਮੁਹਿੰਮ ਸੀਗੀ ਲੋਕਾਂ ਨੂੰ ਅਵੇਅਰ ਕਰਨ ਦੀ, ਉਹਦੇ ਬਾਬਤ ਅਸੀਂ ਅੱਜ ਅਲੈਗਜੈਂਡਰਾ ਸਕੂਲ ਆਏ ਸੀਗੇ, ਅਤੇ ਇਹਦੇ ਵਿੱਚ ਜਿਹੜੇ ਬੱਚਿਆਂ ਦੇ ਨਾਲ ਅਸੀਂ ਸਕੂਲ ਸਟਾਫ ਨੂੰ ਪ੍ਰਬੰਧਕਾਂ ਨੂੰ ਮਿਲੇ, ਔਰ ਜਿਹੜੇ ਖਾਸ ਕਰਕੇ ਜਿਹੜੇ ਬੱਚਿਆਂ ਦੇ ਪੇਰੈਂਟਸ ਸੀ ਉਹਨਾਂ ਨੂੰ ਮਿਲੇ, ਅਤੇ ਉਸ ਮੁਹਿੰਮ ਦਾ ਇੱਕ ਹਿੱਸਾ ਉਹ ਪੇਰੈਂਟਸ ਬਣੇ ਨੇ, ਅਤੇ ਉਸ ਪੇਰੈਂਟਸ ਜਿਹੜੇ ਉਹਨਾਂ ਦਾ ਬੜਾ ਵੱਡਾ ਸਹਿਯੋਗ ਰਿਹਾ ਕਿ ਉਹਨਾਂ ਦਾ ਕਿਤੇ ਨਾ ਕਿਤੇ ਉਹ ਚਿੰਤਿਤ ਨੇ ਕਿ ਸਾਡੇ ਬੱਚਿਆਂ ਵਿੱਚ ਜਿਹੜਾ ਦਿਨੋ ਦਿਨ ਵੱਡੀਆਂ ਗੱਡੀਆਂ ਦਾ ਕਰੇਜ਼ ਵੱਧ ਰਿਹਾ ਜਾਂ ਵੱਡੇ ਬਾਈਕਾਂ ਦਾ ਕਰੇਜ਼ ਵੱਧ ਰਿਹਾ, ਉਹਨੂੰ ਕਿਤੇ ਨਾ ਕਿਤੇ ਠੱਲ ਪਏਗੇ, ਅਤੇ ਬੱਚਿਆਂ ਦੇ ਜਿਹੜਾ ਇਹ ਕਾਨੂੰਨ ਜਿਹੜਾ ਲਾਗੂ ਹੋਇਆ 18 ਸਾਲ ਤੋਂ ਘੱਟ ਵਾਲੇ ਬੱਚੇ ਜਿਹੜੇ ਬਾਈਕ ਚਲਾ ਰਹੇ ਨੇ ਉਹਨਾਂ ਦੇ ਵਾਸਤੇ ਜਿਹੜਾ ਕਾਨੂੰਨ ਆ 25,000 ਜੁਰਮਾਨਾ ਅਤੇ 3,000 ਸਾਲ ਦੀ ਕੈਦ ਜਿਹੜੀ ਆ, ਅਤੇ ਪਰਿਵਾਰ ਜਿਹੜਾ ਵਾ ਇਸ ਗੱਲੋਂ ਵੀ ਚਿੰਤਿਤ ਕਿਤੇ ਕਿਤੇ ਬੱਚੇ ਸਾਡੇ ਕਿਸੇ ਸਾਨੂੰ ਵਿਪਤਾ ਵਿੱਚ ਨਾ ਫਸਾ ਦੇਣ, ਅਤੇ ਇਸ ਗੱਲੋਂ ਖੁਸ਼ ਵੀ ਹੈਗੇ ਨੇ ਕਿ ਜੇ ਇਹ ਕਾਨੂੰਨ ਲਾਗੂ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਸਾਡੇ ਬੱਚੇ ਦੀ ਵੀ ਸੇਫਟੀ ਬਣੇਗੀ, ਅਤੇ ਬੱਚਾ ਸਾਡਾ ਵੀ ਕਿਸੇ ਹਾਦਸੇ ਦੇ ਹੋਣ ਤੋਂ ਬਚ ਸਕਦਾ, ਅਤੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਟ੍ਰੈਂਡ ਚੱਲਦਾ ਪਿਆ ਸੀ ਇੱਕ ਦੂਜੇ ਨੂੰ ਵੇਖਾ ਵੇਖੀ ਜਿਹੜੇ ਸਕੂਟਰ ਮੋਟਰਸਾਈਕਲ ਲਾਏ ਰਹੇ ਸੀ ਉਹਦੇ ਵਿੱਚ ਵੀ ਕਿਤੇ ਠੱਲ ਪਏਗੀ। ਹਾਂਜੀ ਸਰ, ਜਿਹੜਾ ਬੱਚੇ ਸਕੂਟੀ ਲੈ ਕੇ ਆਉਂਦੇ ਆ ਹੁਣ ਇਹ ਥੋੜ੍ਹਾ ਡਰ ਰਹੇਗਾ ਕਿ ਮੇਰੇ ਪੇਰੈਂਟਸ ਨੂੰ ਵੀ ਪ੍ਰੋਬਲਮ ਹੋਏਗੀ, ਮੈਨੂੰ ਵੀ ਪ੍ਰੋਬਲਮ ਹੋਏਗੀ, ਸੋ ਇਹਦੇ ਨਾਲ ਇਹ ਕਿ ਥੋੜ੍ਹਾ ਟ੍ਰੈਫਿਕ ਵੀ ਘੱਟ ਜਾਏਗਾ, ਜੇ ਟ੍ਰੈਫਿਕ 'ਚ ਐਕਸੀਡੈਂਟ ਹੋ ਰਹੇ ਆ ਉਹ ਵੀ ਘੱਟ ਜਾਣਗੇ, ਕਿਉਂਕਿ ਬੱਚੇ ਘਰੋਂ ਸਕੂਟੀ ਲੈ ਕੇ ਆਉਂਦੇ ਆ ਉਸ ਟਾਈਮ 'ਤੇ ਬਾੜੀ ਸਲੋਅ ਚਲਾਉਂਦੇ ਆ, ਜਦੋਂ ਬਾਹਰ ਆਉਂਦੇ ਫਿਰ ਆਪਣੀ ਫੁੱਲ ਸਪੀਡ 'ਚ ਚਲਾਉਂਦੇ ਆ। ਜੀ ਸਤਿਕਾਰਯੋਗ ਕਮਿਸ਼ਨਰ ਸਾਹਿਬ ਸ੍ਰੀ ਰਣਜੀਤ ਸਿੰਘ ਜੀ ਢਿੱਲੋਂ, ਸਾਡੇ ਏ ਡੀ ਸੀ ਪੀ ਸੀ ਟ੍ਰੈਫਿਕ ਸ੍ਰੀ ਹਰਪਾਲ ਸਿੰਘ ਜੀ ਉਹਨਾਂ ਵੱਲੋਂ, ਅਤੇ ਸਾਡੇ ਏ ਡੀ ਜੀ ਪੀ ਸੀ ਏ ਐੱਸ ਰਾਏ ਸਾਹਿਬ ਉਹਨਾਂ ਵੱਲੋਂ ਜਿਹੜੀ ਹੁਕਮ ਹਕਾਮ ਸੀਗੇ ਉਹ ਲੋਕਾਂ ਤੱਕ ਜਿਹੜੇ ਆ ਅਸੀਂ 1/7 ਤੋਂ ਲੈ ਕੇ 31/7/24 ਤੱਕ ਜਿਹੜੀ ਮੁਹਿੰਮ ਸੀਗੀ ਲੋਕਾਂ ਨੂੰ ਅਵੇਅਰ ਕਰਨ ਦੀ, ਉਹਦੇ ਬਾਬਤ ਅਸੀਂ ਅੱਜ ਅਲੈਗਜੈਂਡਰਾ ਸਕੂਲ ਆਏ ਸੀਗੇ, ਅਤੇ ਇਹਦੇ ਵਿੱਚ ਜਿਹੜੇ ਬੱਚਿਆਂ ਦੇ ਨਾਲ ਅਸੀਂ ਸਕੂਲ ਸਟਾਫ ਨੂੰ ਪ੍ਰਬੰਧਕਾਂ ਨੂੰ ਮਿਲੇ, ਔਰ ਜਿਹੜੇ ਖਾਸ ਕਰਕੇ ਜਿਹੜੇ ਬੱਚਿਆਂ ਦੇ ਪੇਰੈਂਟਸ ਸੀ ਉਹਨਾਂ ਨੂੰ ਮਿਲੇ, ਅਤੇ ਉਸ ਮੁਹਿੰਮ ਦਾ ਇੱਕ ਹਿੱਸਾ ਉਹ ਪੇਰੈਂਟਸ ਬਣੇ ਨੇ, ਅਤੇ ਉਸ ਪੇਰੈਂਟਸ ਜਿਹੜੇ ਉਹਨਾਂ ਦਾ ਬੜਾ ਵੱਡਾ ਸਹਿਯੋਗ ਰਿਹਾ ਕਿ ਉਹਨਾਂ ਦਾ ਕਿਤੇ ਨਾ ਕਿਤੇ ਉਹ ਚਿੰਤਿਤ ਨੇ ਕਿ ਸਾਡੇ ਬੱਚਿਆਂ ਵਿੱਚ ਜਿਹੜਾ ਦਿਨੋ ਦਿਨ ਵੱਡੀਆਂ ਗੱਡੀਆਂ ਦਾ ਕਰੇਜ਼ ਵੱਧ ਰਿਹਾ ਜਾਂ ਵੱਡੇ ਬਾਈਕਾਂ ਦਾ ਕਰੇਜ਼ ਵੱਧ ਰਿਹਾ, ਉਹਨੂੰ ਕਿਤੇ ਨਾ ਕਿਤੇ ਠੱਲ ਪਏਗੀ, ਅਤੇ ਬੱਚਿਆਂ ਦੇ ਜਿਹੜਾ ਇਹ ਕਾਨੂੰਨ ਜਿਹੜਾ ਲਾਗੂ ਹੋਇਆ 18 ਸਾਲ ਤੋਂ ਘੱਟ ਵਾਲੇ ਬੱਚੇ ਜਿਹੜੇ ਬਾਈਕ ਚਲਾ ਰਹੇ ਨੇ ਉਹਨਾਂ ਦੇ ਵਾਸਤੇ ਜਿਹੜਾ ਕਾਨੂੰਨ ਆ 25,000 ਜੁਰਮਾਨਾ ਅਤੇ 3,000 ਸਾਲ ਦੀ ਕੈਦ ਜਿਹੜੀ ਆ, ਅਤੇ ਪਰਿਵਾਰ ਜਿਹੜਾ ਵਾ ਇਸ ਗੱਲੋਂ ਵੀ ਚਿੰਤਿਤ ਕਿਤੇ ਕਿਤੇ ਬੱਚੇ ਸਾਡੇ ਕਿਸੇ ਸਾਨੂੰ ਵਿਪਤਾ ਵਿੱਚ ਨਾ ਫਸਾ ਦੇਣ, ਅਤੇ ਇਸ ਗੱਲੋਂ ਖੁਸ਼ ਵੀ ਹੈਗੇ ਨੇ ਕਿ ਜੇ ਇਹ ਕਾਨੂੰਨ ਲਾਗੂ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਸਾਡੇ ਬੱਚੇ ਦੀ ਵੀ ਸੇਫਟੀ ਬਣੇਗੀ, ਅਤੇ ਬੱਚਾ ਸਾਡਾ ਵੀ ਕਿਸੇ ਹਾਦਸੇ ਦੇ ਹੋਣ ਤੋਂ ਬਚ ਸਕਦਾ, ਅਤੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਟ੍ਰੈਂਡ ਚੱਲਦਾ ਪਿਆ ਸੀ ਇੱਕ ਦੂਜੇ ਨੂੰ ਵੇਖਾ ਵੇਖੀ ਜਿਹੜੇ ਸਕੂਟਰ ਮੋਟਰਸਾਈਕਲ ਲਾਏ ਰਹੇ ਸੀ ਉਹਦੇ ਵਿੱਚ ਵੀ ਕਿਤੇ ਠੱਲ ਪਏਗੀ। ਹਾਂਜੀ ਸਰ, ਜਿਹੜਾ ਬੱਚੇ ਸਕੂਟੀ ਲੈ ਕੇ ਆਉਂਦੇ ਆ ਹੁਣ ਇਹ ਥੋੜ੍ਹਾ ਡਰ ਰਹੇਗਾ ਕਿ ਮੇਰੇ ਪੇਰੈਂਟਸ ਨੂੰ ਵੀ ਪ੍ਰੋਬਲਮ ਹੋਏਗੀ, ਮੈਨੂੰ ਵੀ ਪ੍ਰੋਬਲਮ ਹੋਏਗੀ, ਸੋ ਇਹਦੇ ਨਾਲ ਇਹ ਕਿ ਥੋੜ੍ਹਾ ਟ੍ਰੈਫਿਕ ਵੀ ਘੱਟ ਜਾਏਗਾ, ਜੇ ਟ੍ਰੈਫਿਕ 'ਚ ਐਕਸੀਡੈਂਟ ਹੋ ਰਹੇ ਆ ਉਹ ਵੀ ਘੱਟ ਜਾਣਗੇ, ਕਿਉਂਕਿ ਬੱਚੇ ਘਰੋਂ ਸਕੂਟੀ ਲੈ ਕੇ ਆਉਂਦੇ ਆ ਉਸ ਟਾਈਮ 'ਤੇ ਬਾੜੀ ਸਲੋਅ ਚਲਾਉਂਦੇ ਆ, ਜਦੋਂ ਬਾਹਰ ਆਉਂਦੇ ਫਿਰ ਆਪਣੀ ਫੁੱਲ ਸਪੀਡ 'ਚ ਚਲਾਉਂਦੇ ਆ।